किसान वीरों ते भैनों जय हिंद, लैके हाजिर हाँ तुहाडा अपना प्रोग्राम मेरा पिंड मेरे खेत। तेजपाल जी जय हिंद जी। जय हिंद जी। मिठा सिंह जी इधर मारो चार। जय हिंद जी डॉक्टर साहब। जय हिंद जी डॉक्टर। जय हिंद। डॉक्टर साहब आए आ। अच्छा बुझो भला कितों आए? मैं पता है बुझना की है। दसो। ये आया धुंद वाले डिस्ट्रिक्ट चो। बिल्कुल गल तुहाडी सही आ। डॉक्टर सुखपाल सिंह जी 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 ये बागवानी विकास अफसर आ ते अपनियां सेवावां बागवानी विभाग पंजाब दे तहत अमृतसर च निभा रहे। इसे करके मैं कहा भी डॉक्टर साहब आए धुंद वाली जगह तो। हाँ बिल्कुल, क्योंकि अमृतसर डॉक्टर साहब वैसे देखा जाए ना अमृतसर जिहड़ा बाकी जिलों तो ठंडा ही हुंदा हमेशा हुंदा दोवां दरियावां दे विच ठंडा ही हुंदा ते इन्हां नाल अज फिर गलबात करदे आ। बिल्कुल। आ धुंदां दी गल जिहड़ी तुसीं कीती आ ना तेजपाल जी, इहदे तों मैनूं आ थोड़ा जिहा फिकर पैणा शुरू हो गया जी, क्योंकि देखिया जाए ते धुंदां भावें देर नाल आईआं ने पर आ गईआं ने। आ गईआं। इस लई सानूं इह ठंड ते धुंद इन्हां दोवां च बहुत ज़्यादा ध्यान रखने की लोड़ आ, खास करके जिहड़े साडे सड़कां ते वाहन चलते आ, चाहे वह दुपहिया आ चाहे चार पहिया चाहे वड्डे आ, इन्हां नूं असीं जरूर एक बेनती ही कर सकते हैं भाई थोड़ा जिहा जल्दी निकलो घरों, तेज़ ना चलो। देखो मिठा सिंह जी गल हैगी इदां डॉक्टर साहब नूं भी पता ये भाई ये जिहड़े जिहड़े कुदरत दे मेवे आ ना जी, ये चाहिए आ सानूं। मिठा सिंह हुणी कीती आ भई सानू समय तो पहला घरों चल जाना चाहिए, वह तो जाना ही चाहिए, फिर हौली चलाओ। दूजी गल भाई अजकल गन्ने का चल रहा, ट्रालियां लैके जाने बड़ी लद्दी होंगी, रस्तियां दे विच कंस्ट्रक्शन बड़ी चलन दी। जी जी बिल्कुल। गन्ना जिहड़ा तुहाडा आले दुआले डिग रहा फिर धुंद दे विच सानू पता नहीं लगता। कल परसों मेना भी हो चला सी, रिफ्लेक्टर कोई भी नहीं ओहदे मगर ट्राली का पता ही ना लगे भी नहीं बंदे जी नहीं बंदे। कानून कहिंदा आ भी पिछे ਜਿਹੜਾ ਟਰਾਲੀ ਦੇ ਪਿੱਛੇ ਉਹ ਜਿਹੜਾ ਤੁਸੀਂ ਆ ਕੀ ਕਿਹਾ ਰਿਫਲੈਕਟਰ ਹਾਂ ਉਹ ਟੀ ਵਾਲਾ ਲਾਓ ਹੋਰ ਹੋਰ ਹੈ ਨਾ, ਜੇ ਬਾਹਰ ਆ ਤੇ ਪਿੱਛੇ ਲਾਲ ਰੰਗ ਦਾ ਕੱਪੜਾ ਬੰਨੋ ਕੋਈ ਬਿਲਕੁਲ ਦੂਰੋਂ ਜਿਹੜਾ ਨਜ਼ਰ ਆਵੇ ਤਾਂ ਕਿ ਕੋਈ ਜਿਹੜਾ ਐਕਸੀਡੈਂਟ ਨਾ ਹੋਵੇ। ਬਿਲਕੁਲ। ਚਲੋ ਹੁਣ ਡਾਕਟਰ ਸਾਹਿਬ ਵੱਲ ਹਾਂ ਗੱਲ ਕਰਾਂਗੇ। ਹਾਂ ਡਾਕਟਰ ਸਾਹਿਬ ਨਾਲ ਅੱਜ ਅਸੀਂ ਗੱਲ ਕਰਨੀ ਆ ਬਈ ਬਦਲਦੇ ਮੌਸਮ 'ਚ ਜੀ ਜਾਂ ਬਦਲਦੇ ਮੌਸਮ ਅਨੁਸਾਰ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ। ਡਾਕਟਰ ਸਾਹਿਬ ਜੀ ਉਹ ਜੇ ਅਸੀਂ ਅੱਜ ਤੋਂ ਕੁਝ ਦੋ ਤਿੰਨ ਚਾਰ ਦਹਾਕੇ ਪਹਿਲਾਂ ਵੱਲ ਝਾਤ ਮਾਰੀਏ ਤੇ ਉਦੋਂ ਡਾਕਟਰ ਸਾਹਿਬ ਇੱਕ ਮੌਸਮ ਦਾ ਜਿਹੜਾ ਮਿਜ਼ਾਜ ਆ ਇਹ ਮਿੱਥਿਆ ਹੁੰਦਾ ਸੀ ਵੀ ਇਹਨਾਂ ਦਿਨਾਂ ਦੇ ਵਿੱਚ ਠੰਡ ਪੈਣੀ ਸ਼ੁਰੂ ਹੋ ਜਾਣੀ ਆ, ਇਹਨਾਂ ਦਿਨਾਂ 'ਚ ਬਾਰਿਸ਼ਾਂ ਆ ਰਹੀਆਂ ਆ, ਇਹਨਾਂ ਦਿਨਾਂ 'ਚ ਧੁੰਦ ਪੈਣੀ ਸ਼ੁਰੂ ਹੋ ਜਾਣੀ ਆ, ਫਿਰ ਗਰਮੀਆਂ ਆ ਜਾਣੀਆਂ। ਪਰ ਅੱਜ ਕੱਲ੍ਹ ਜੇ ਮੌਸਮ ਦੀ ਗੱਲ ਕਰੀਏ ਤਾਂ ਅਸੀਂ ਖਿਲਵਾੜ ਹੀ ਇੰਨਾ ਕਰ ਦਿੱਤਾ ਕੁਦਰਤ ਦੇ ਨਾਲ ਵੀ ਮੌਸਮ ਵੀ ਘਟ ਗਏ ਨੇ। ਹਾਂ ਤੇ ਪ੍ਰਦੂਸ਼ਣ ਜਿਹੜਾ ਉਹ ਵੱਧ ਗਿਆ। ਇਸ ਲਈ ਜਿਹੜਾ ਇਹ ਬਦਲਦਾ ਮੌਸਮ ਆ ਹੁਣ ਸਾਨੂੰ ਆਪਣੀ ਕਾਸ਼ਤਕਾਰੀ 'ਚ ਵੀ ਬਦਲਾਅ ਲਿਆਉਣ ਲਈ ਮਜਬੂਰ ਕਰ। ਹਾਂਜੀ ਹੈ ਨਾ, ਕੀ ਸੋਚਦੇ ਹੋ ਵੀ ਇਸ ਬਦਲਦੇ ਮੌਸਮ ਦੇ ਅਨੁਸਾਰ ਸਾਨੂੰ ਪੰਜਾਬ 'ਚ ਖਾਸ ਤੌਰ 'ਤੇ ਕਿਹੜੇ ਕਿਹੜੇ ਫਲਾਂ ਦੀ ਕਾਸ਼ਤ ਕਰਨੀ ਚਾਹੀਦੀ? ਦੇਖੋ ਜੀ ਆਪਣੇ ਜਿਹੜੇ ਫਲ ਵਾਲੇ ਬੂਟੇ ਆ ਨਾ ਇਹਨਾਂ ਨੂੰ ਆਪਾਂ ਦੋ ਮੌਸਮਾਂ ਦੇ ਵਿੱਚ ਡਿਵਾਈਡ ਕਰ ਦਿੰਦੇ ਹਾਂ। ਇੱਕ ਸਦਾਬਹਾਰ ਬੂਟੇ ਜੀ ਜਿਨ੍ਹਾਂ ਦੇ ਲਗਾਉਣ ਦਾ ਸਮਾਂ ਹੁੰਦਾ ਜੂਨ ਜੁਲਾਈ, ਅਤੇ ਇੱਕ ਜਿਹੜੇ ਹੁੰਦੇ ਆ ਪੱਤਝੜ ਦੇ ਬੂਟੇ ਜੀ, ਉਹਨਾਂ ਦਾ ਜਿਹੜਾ ਸਮਾਂ ਆ ਉਹ ਹੁਣ ਆ ਢੁੱਕਵਾਂ ਸਮਾਂ ਜਿਹੜਾ ਦਸੰਬਰ ਦੇ ਦੂਜੇ ਪੰਦਰਵਾੜੇ ਤੋਂ ਬਾਅਦ ਜਨਵਰੀ ਦੇ ਦੂਜੇ ਪੰਦਰਵਾੜੇ ਤੱਕ ਇਹਦੇ ਵਿੱਚ ਵਿੱਚ ਜਿਹੜੇ ਲੱਗ ਜਾਣ ਤਾਂ ਵਧੀਆ ਨੇ। ਅਤੇ ਫਿਰ ਇੱਕ ਜਿਹੜਾ ਸਦਾਬਹਾਰ ਬੂਟੇ ਲਾਉਣ ਦਾ ਫਿਰ ਸਮਾਂ ਆ ਜਾਂਦਾ ਆ ਉਹ ਫਰਵਰੀ ਮਾਰਚ ਦੇ ਵਿੱਚ ਆ ਜਾਂਦਾ ਜੀ। ਠੀਕ ਹੈ ਜੀ। ਇਸ ਤਰੀਕੇ ਦੇ ਨਾਲ ਜਿਹੜੇ ਆਪਾਂ ਹੁਣ ਜੇ ਗੱਲ ਕਰੀਏ ਹੁਣ ਬੂਟੇ ਲੱਗਣ ਦੇ ਆ ਉਹ ਹੈਗੇ ਸਾਰੇ ਪੱਤਝੜ ਬੂਟੇ ਜਿਹਦੇ ਵਿੱਚ ਨਾਖ, ਆੜੂ, ਅਲੂਚਾ, ਫਾਲਸਾ ਅਤੇ ਬੱਗੂ ਗੋਸ਼ਾ ਅਤੇ ਹੋਰ ਜਿਨ੍ਹਾਂ ਦੇ ਪੱਤੇ ਅੱਜ ਕੱਲ੍ਹ ਝੜ ਜਾਂਦੇ ਨੇ ਉਹ ਆਉਂਦੇ ਨੇ। ਹਾਂਜੀ। ਹਾਂ ਇਹਨਾਂ ਦੇ ਲਈ ਢੁੱਕਵਾਂ ਸਮਾਂ ਆ। ਇਹ ਜਿਹੜੇ ਬੇਰ ਰੂਟਡ ਹੁੰਦੇ ਆ ਇਹਨਾਂ ਦੇ ਨਾਲ ਗਾਚੀ ਨਹੀਂ ਹੁੰਦੀ। ਅੱਛਾ। ਹਾਂਜੀ, ਕਿਉਂਕਿ ਇਹਨਾਂ ਦੇ ਪੱਤੇ ਝੜ ਚੁੱਕੇ ਹੁੰਦੇ ਆ, ਇਹਨਾਂ ਨੂੰ ਤਾਕਤ ਦੀ ਇਸ ਟਾਈਮ ਰੈਸਟ ਪੀਰੀਅਡ 'ਚ ਹੁੰਦੇ ਆ, ਫਿਰ ਹੀ ਆਪਾਂ ਬੂਟੇ ਪੁੱਟਦੇ ਹਾਂ। ਇਹ 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 ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਆ ਇਹਨਾਂ ਦੇ ਨਾਲ ਗਾਚੀ ਨਹੀਂ ਹੁੰਦੀ, ਇਹ ਉਹੀ ਜਿਹੜੇ ਸੁੱਤੇ ਪਏ ਹੁੰਦੇ ਆ? ਹਾਂਜੀ, ਜਿਹੜੇ ਸੁੱਤੇ ਪਏ ਆ। ਸੌਣ ਲਈ ਜਿਹੜੀ ਆ ਠੰਡ ਜ਼ਿਆਦਾ ਜ਼ਰੂਰੀ ਆ। ਠੰਡ ਜ਼ਰੂਰੀ ਆ। ਜੇ ਤੁਸੀਂ
ਆਪਾਂ ਮੌਸਮ ਦੇ ਬਦਲਦੇ ਮੌਸਮ ਦੇ ਨਾਲ ਗੱਲ ਕਰੀਏ ਨਾ ਜੀ, ਤੇ ਉਹ ਵੇਖੋ ਜੀ ਪਹਿਲਾਂ ਸਾਡਾ ਜਿਹੜਾ ਸਮਾਂ ਹੁੰਦਾ ਸੀ ਪਿਉਂਦ ਕਰਨ ਦਾ, ਅਸੀਂ ਆੜੂ ਤੇ ਲੂਚਾ ਜਿਹੜਾ ਸੀ 10 ਦਸੰਬਰ ਨੂੰ ਪਿਉਂਦ ਸ਼ੁਰੂ ਕਰ ਦਿੰਦੇ ਹਾਂ ਜੀ, ਪਰ ਇਸ ਸਾਲ ਅਜੇ ਤੱਕ ਅਸੀਂ ਪਿਉਂਦ ਨਹੀਂ ਸ਼ੁਰੂ ਕੀਤੀ ਕਿਉਂਕਿ ਪੱਤੇ ਨਹੀਂ ਚੜੇ, ਤੇ ਜਿਹੜਾ ਅਸੀਂ ਪੱਤੇ ਸੇਲ ਕਰਨ ਦਾ ਸਮਾਂ ਸੀ ਉਹ ਦਸੰਬਰ ਦੇ ਲਾਸਟ 'ਚ ਅਸੀਂ ਕਰ ਦਿੰਦੇ ਨੇ ਜੀ ਜੀ, ਪਰੰਤੂ ਇਹ ਆ ਵੀ ਅੱਜ ਕੱਲ੍ਹ ਸਾਡੇ ਜਿਹੜਾ ਠੰਡ ਲੇਟ ਆਉਣ ਕਰਕੇ ਜਿਹੜਾ ਇੰਨਾ ਮੌਸਮ ਦਾ ਫਰਕ ਪੈ ਗਿਆ ਵੀ ਅਜੇ ਤੱਕ ਪੱਤੇ ਨਹੀਂ ਚੜਨ ਕਰਕੇ ਸਾਰਾ ਹੀ ਕੰਮ ਹੀ ਠੰਡ ਦੇ ਉੱਤੇ ਟਿਕਿਆ। ਦੇਖੋ ਆਹ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਨਾ ਮੌਸਮ ਦੇ ਬਦਲਾਅ, ਇਹਦਾ ਸਾਰਿਆਂ 'ਤੇ ਬਹੁਤ ਵੱਡਾ ਅਸਰ ਹੋਇਆ। ਪਿਛਲੇ ਵਾਰ ਆਪਣੀ ਕਣਕ ਦਾ ਝਾੜ ਘਟਿਆ, ਹੁਣ ਡਾਕਟਰ ਸਾਹਿਬ ਕਹਿੰਦੇ ਉਹਦੇ ਪੱਤੇ ਨਹੀਂ ਝੜੇ ਹਾਲੇ ਤੱਕ। ਸੋ ਇਹ ਸਾਰਾ ਕੁਛ ਹੀ ਡਾਕਟਰ ਸਾਹਿਬ ਆਉਣ ਵਾਲੇ ਸਮੇਂ 'ਚ ਸਾਡੇ 'ਤੇ ਬਹੁਤ ਵੱਡਾ ਅਸਰ ਪਾਉਂਦੇ ਆ, ਸਾਨੂੰ ਇਹਦਾ ਵੀ ਥੋੜ੍ਹਾ ਖਿਆਲ ਨਾਲ ਸੋਚ ਸਮਝ ਕੇ ਹੀ ਗਾਹਾਂ ਫਸਲਾਂ ਜਿਹੜੀਆਂ ਉਹ ਚੁਣਨੀਆਂ ਚਾਹੀਦੀਆਂ। ਅੱਛਾ ਡਾਕਟਰ ਸਾਹਿਬ ਹੁਣ ਜਿਹੜੀ ਗੱਲ ਆ ਜਿੱਦਾਂ ਤੁਸੀਂ ਗੱਲ ਕਰਦੇ ਆ ਬੂਟਿਆਂ ਦੀ, ਜਿਹੜੀ ਬੂਟਿਆਂ ਦੀ ਚੋਣ ਆ ਉਹਦਾ ਅਸੀਂ ਕੀ ਖਿਆਲ ਰੱਖੀਏ ਅਤੇ ਕਿੱਦਾਂ ਕਰਨੀ ਆ ਅਤੇ ਕਿੱਥੋਂ ਸਾਨੂੰ ਉਹ ਲੈਣੇ ਚਾਹੀਦੇ ਆ, ਵੀ ਕਿਤੋਂ ਵੀ ਕਿਸੇ ਵੀ ਨਰਸਰੀ ਤੋਂ ਲੈ ਲਈਏ ਜਾਂ ਤੁਸੀਂ ਕੋਈ ਖਾਸ ਜਗ੍ਹਾ ਦੱਸ ਦਿਓ ਵੀ ਭਾਈ ਉਹਨਾਂ ਥਾਵਾਂ 'ਤੇ ਜਾਓ ਤੁਹਾਨੂੰ ਚੰਗੇ ਬੂਟੇ ਮਿਲਣਗੇ, ਕਿਉਂਕਿ ਜੇ ਸ਼ੁਰੂਆਤ ਚੰਗੀ ਤਾਂ ਭਾਈ ਝਾੜ ਚੰਗਾ। ਬਿਲਕੁਲ, ਦੇਖੋ ਜੀ ਬੜਾ ਵਧੀਆ ਤੁਹਾਡਾ ਸਵਾਲ ਆ ਜੀ, ਜਿਹੜਾ ਆਪਾਂ ਗੱਲ ਕਰਦੇ ਹਾਂ ਨਾਖ ਦੀ ਗੱਲ ਕਰਦੇ ਹਾਂ, ਕਿਉਂਕਿ ਹੁਣ ਜਿਹੜਾ ਰੁਝਾਨ ਹੈ ਜ਼ਿਮੀਂਦਾਰਾਂ ਦਾ ਜ਼ਿਆਦਾ ਨਾਖ ਦੇ ਬਾਗ ਜੀ, ਇਹਦੀ ਜਿਹੜੀ ਉਮਰ ਆ ਲਗਭਗ 70 ਤੋਂ 80 ਸਾਲ ਦੱਸੀ ਜਾਂਦੀ ਹੈ। ਅੱਛਾ ਜੀ, ਪਰ ਅਜੇ ਤੱਕ ਕੋਈ ਇਹੋ ਜਿਹਾ ਬਾਗ ਨਹੀਂ ਹੋਇਆ ਵੀ ਜਿਹੜਾ ਆਪਣੀ ਉਮਰ ਪੂਰੀ ਕਰਨ ਕਰਕੇ ਆਪਾਂ ਪੁੱਟਿਆ ਹੋਵੇ। ਜਿਹੜੇ ਬਾਗ ਇਸ ਤਰ੍ਹਾਂ ਹੀ ਪੁੱਟੇ ਜਾਂਦੇ ਆ ਜਾਂ ਤਾਂ ਉਹ ਸ਼ਹਿਰ ਦੇ ਲਾਗੇ ਹੋਣਗੇ, ਜ਼ਮੀਨ ਅਕਵਾਇਰ ਹੋ ਗਈ ਆ, ਵੀ ਇਹਦੀ ਉਮਰ ਜਿਹੜੀ ਆ ਜੇ ਉਹਦਾ ਕੋਈ ਮਾਪਦੰਡ ਆਪਾਂ ਤੈਅ ਨਹੀਂ ਕਰ ਸਕੇ। ਅੱਛਾ ਜੀ, ਅਤੇ ਵੇਖੋ ਜੇ ਆਪਾਂ 70-80 ਸਾਲ ਬਾਗ ਚੱਲਣਾ ਵਾ ਅਤੇ ਜੇ ਉਹਦੀ ਅੱਜ ਹੀ ਆਪਾਂ ਪਹਿਲੇ ਦਿਨ ਹੀ ਉਹਦਾ ਸਿਲੈਕਸ਼ਨ ਚੰਗੀ ਕਰ ਲਈ ਤਾਂ ਉਹ 70-80 ਸਾਲ ਜਿਹੜੀਆਂ ਤੁਹਾਡੀਆਂ 3 ਪੀੜ੍ਹੀਆਂ ਨੂੰ ਉਹਦਾ ਚੰਗਾ ਨਤੀਜਾ ਅਤੇ ਮਾੜਾ ਨਤੀਜਾ ਭੁਗਤਣਾ ਪੈਣਾ ਜੀ ਜੀ। ਇਹ ਕਰਕੇ ਅਸੀਂ ਹਰ ਇੱਕ ਫਾਰਮਰ ਨੂੰ ਇਹੋ ਸਲਾਹ ਦਿੰਦੇ ਹਾਂ ਵੀ ਨਬਾਰਡ ਵੱਲੋਂ ਜਿਹੜੀਆਂ ਐਕਰੇਡਿਟ ਜਿਹੜੀਆਂ ਨਰਸਰੀਆਂ ਨੇ ਉੱਥੋਂ ਹੀ ਪੌਦੇ ਲਓ। ਅੱਛਾ ਜੀ, ਕਿਉਂਕਿ ਬੜੀ ਚੋਰ ਬਜ਼ਾਰੀ ਚੱਲਣ ਡਈ ਆ, ਕਿਉਂਕਿ ਸਮੇਂ ਲੋਕਾਂ ਨੂੰ ਖਿੱਚਿਆ ਬੂਟਿਆਂ ਦੀ ਅਤੇ ਬੂਟਿਆਂ ਦੀ ਉਨੀ ਜਿਹੜੀ ਪੂਰਤੀ ਆ ਉਹ ਹਿਸਾਬ ਨਾਲ ਹੈ ਨਹੀਂ ਜਿੰਨੀ ਖਿੱਚਿਆ, ਅਤੇ ਲੋਕ ਆਮ ਹੀ ਆਪਣੇ ਯੂਪੀ ਤੋਂ ਬੂਟੇ ਮੰਗਾ ਕੇ ਜਿਹੜਾ ਸੇਲ ਕਰਨ ਡੇ, ਜਿਹੜਾ ਬੜੇ ਗਲਤ ਗੱਲ ਆ। ਉਹਦੇ ਉੱਤੇ ਸਾਡੇ ਵਿਭਾਗ ਵੱਲੋਂ ਹੁਣ ਨਵਾਂ ਕਾਨੂੰਨ ਵੀ ਜਿਹੜਾ ਵਾ ਉਹ ਲਿਆ ਦਿੱਤਾ ਗਿਆ ਵਾ, ਅਤੇ ਉਹ ਨਰਸਰੀਆਂ ਕੋਈ ਆਮ ਬੰਦਾ ਜਿਹੜਾ ਉਹ ਫਲਦਾਰ ਬੂਟਾ ਵੇਚ ਨਹੀਂ ਸਕਦਾ ਜਿੰਨਾ ਚਿਰ ਉਹਦੀ ਜਿਹੜੀ ਆ ਐਕਰੀਡੇਸ਼ਨ ਨਾ ਹੋਈ ਹੋਊਗੀ, ਪ੍ਰਮਾਣਿਤ ਨਹੀਂ ਹੋਈ ਹੋਊਗੀ। ਅਤੇ ਤੁਸੀਂ ਜਿਹਦੇ ਕਿਸੇ ਵੀ ਨਰਸਰੀ 'ਚ ਜਾਂਦੇ ਜੇ ਉਹ ਫਲਦਾਰ ਬੂਟਾ ਲੈਣਾ ਤਾਂ ਪਹਿਲਾਂ ਉਹਦੀ ਪ੍ਰਮਾਣਤਾ ਬਾਰੇ ਪੁੱਛੋ, ਉਹਦੇ ਨਾਲ ਗੱਲਬਾਤ ਕਰੋ, ਠੀਕ ਹੈ। ਦੂਸਰੀ ਗੱਲ ਹੈ ਵੀ ਲੈਣੇ ਕਿੱਥੋਂ ਚਾਹੀਦੇ ਆ, ਉਹਦੇ ਬਾਰੇ ਇਹ ਮੈਂ ਦੱਸਦਾ ਵਾਂ ਵੀ ਸਾਡੇ ਵਿਭਾਗ ਦੀਆਂ ਨਰਸਰੀਆਂ ਨੇ ਜਿਹੜੀਆਂ ਸਰਕਾਰੀ ਬਾਗ ਅਤੇ ਨਰਸਰੀ ਅਟਾਰੀ ਹੋ ਗਈ, ਫਤਿਹਾਬਾਦ ਹੋ ਗਈ, ਜਲੰਧਰ 'ਚ 3 ਨਰਸਰੀਆਂ ਨੇ, ਇਸ ਤਰ੍ਹਾਂ ਹਰ ਇੱਕ ਜ਼ਿਲ੍ਹੇ 'ਚ ਗੁਰਦਾਸਪੁਰ 'ਚ ਸਾਡੀਆਂ 2 ਨਰਸਰੀਆਂ ਨੇ, ਹਰ ਇੱਕ ਜ਼ਿਲ੍ਹੇ ਦੇ ਵਿੱਚ ਜਾਂ ਤਾਂ ਬਾਗਬਾਨੀ ਵਿਭਾਗ ਦੀਆਂ ਨਰਸਰੀਆਂ ਨੇ ਜਾਂ ਯੂਨੀਵਰਸਿਟੀ ਦੀਆਂ ਨਰਸਰੀਆਂ ਨੇ। ਇਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਲੋਕ ਕੰਮ ਕਰਦੇ ਉਹਨਾਂ ਦੀਆਂ ਐਕਰੀਡੇਟਡ ਜਿਹੜੀਆਂ ਨਰਸਰੀਆਂ ਨੇ ਉਹਨਾਂ ਤੋਂ ਹੀ ਬੂਟੇ ਲੈਣੇ ਚਾਹੀਦੇ ਨੇ ਆਪਾਂ ਨੂੰ। ਇਹ ਨਹੀਂ ਆ ਕਿ ਤੁਸੀਂ ਰਸਤੇ 'ਚ ਜਾਣ ਡੇ ਜੇ ਅਤੇ ਕਦੋਂ ਵੀ ਬੂਟੇ ਲੈ ਲਓ। ਹਾਂ, ਇਹ ਆ ਵੀ ਜਿਹੜੇ ਸਜਾਵਟੀ ਬੂਟੇ ਆ ਉਹ ਤੁਸੀਂ ਜਿੱਥੋਂ ਮਰਜ਼ੀ ਲੈ ਸਕਦੇ ਜੀ, ਕਿਉਂਕਿ ਉਹਨਾਂ ਦੇ ਕੋਈ ਲਾਈਫ ਨਹੀਂ ਆ, ਕੋਈ ਇਹ ਨਹੀਂ ਆ ਕਿ ਉਹਨੇ ਫਲ ਦੇਣਾ ਕੁਛ ਦੇਣਾ। ਇਹਨਾਂ ਬੂਟਿਆਂ ਦੇ ਬਾਰੇ ਅਸੀਂ ਹਰ ਇੱਕ ਨੂੰ ਇਹੋ ਸਲਾਹ ਦਿੰਦੇ ਹਾਂ ਵੀ ਥੋੜ੍ਹਾ ਜਿਹਾ ਸੁਚੇਤ ਹੋ ਕੇ ਆਪਣੇ ਪਹਿਲਾਂ ਦੇ ਬਾਗਬਾਨੀ ਵਿਕਾਸ ਅਫਸਰ ਦੇ ਨਾਲ ਸਲਾਹ ਕਰੋ ਜਿਹੜੇ ਤੁਸੀਂ ਬਾਗ ਲਾਉਣਾ ਚਾਹੁੰਦੇ ਜੀ, ਉਹ ਤੁਹਾਨੂੰ ਸਹੀ ਰਾਏ ਦਊਗਾ ਕਿੱਥੋਂ ਬੂਟੇ ਲੈਣੇ ਆ, ਉਹਦੇ ਸਲਾਹ ਦੇ ਅਨੁਸਾਰ ਹੀ ਬੂਟੇ ਤੁਸੀਂ ਪ੍ਰਾਪਤ ਕਰੋ। ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਆ ਪ੍ਰਮਾਣਿਕਤਾ ਦੀ ਗੱਲ ਕੀਤੀ ਆ, ਹਾਂਜੀ, ਉਹਦੇ ਲਈ ਤੁਹਾਡੇ ਵਿਭਾਗ ਵੱਲੋਂ ਉਹਨੂੰ ਸਰਟੀਫਿਕੇਟ ਦਿੱਤਾ ਜਾਂਦਾ ਜਿਹੜਾ ਜਾ ਕੇ ਬੰਦਾ ਦੇਖ ਲਏ ਵੀ ਭਾਈ ਇਹਨਾਂ ਕੋਲ ਸਰਟੀਫਿਕੇਟ ਹੈਗਾ ਇੱਥੋਂ ਬੂਟੇ ਲਵਾਂਗੇ, ਅਤੇ ਦੂਜਾ ਜਦੋਂ ਅਸੀਂ ਬੂਟਿਆਂ ਦੀ ਚੋਣ ਕਰਦੇ ਹਾਂ ਉਦੋਂ ਕੀ ਦੇਖਣਾ, ਕਿਉਂਕਿ ਸਾਨੂੰ ਹੁਣ ਨੰਗੀ ਅੱਖ ਨਾਲ ਨਹੀਂ ਪਤਾ ਲੱਗਦਾ ਬੂਟੇ 'ਚ ਕੀ ਆ, ਉਦੋਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਇਹ ਵੀ ਦੱਸੋ। ਦੇਖੋ ਜੀ, ਸਾਡੇ ਵਿਭਾਗ ਵੱਲੋਂ ਨਹੀਂ, ਨਬਾਰਡ ਇੱਕ ਵਿਭਾਗ ਆ ਜੀ, ਆਪਣੇ ਸੈਂਟਰਲ ਗਵਰਨਮੈਂਟ ਦਾ ਵਿਭਾਗ ਆ ਨਬਾਰਡ, ਜੀ ਜੀ, ਉਹਦੇ ਵੱਲੋਂ ਜਿਹੜੀ ਆ ਐਕਰੀਡੇਸ਼ਨ ਹਰੇਕ ਨਰਸਰੀ ਦੀ ਕੀਤੀ ਜਾਂਦੀ ਆ। ਉਹਦੇ ਵਿੱਚ ਉਹਦਾ ਵੇਖਿਆ ਜਾਂਦਾ ਆ ਵੀ ਬੂਟੇ ਦਾ ਮਦਰ ਬਲਾਕ ਕਿੰਨਾ ਹੈ, ਮੇਨ ਹੈਗਾ ਵੀ ਬੂਟੇ ਦੀ ਜਿਹੜੀ ਆਪਾਂ ਅੱਖ ਆ ਜਾਂ ਉਹਦੀ ਵੱਢ ਲਈ ਆ ਉਹ ਕਿੱਥੋਂ ਲਈ ਆ। ਇਹ ਨਹੀਂ ਆ ਕਿ ਆਪਾਂ ਕਿਤੋਂ ਵੀ ਲੈ ਕੇ ਅਤੇ ਉਹਨੂੰ ਪਿਉਂਦ ਕਰਤਾ, ਜਿਹੜਾ ਉਹ ਪਿਉਂਦ ਕਰਨ ਦਿਆ ਰੂਟ ਸਟਾਕ ਆ ਉਹ ਕਿੱਥੋਂ ਲਿਆ ਆ, ਇਹ ਉਹ ਸਾਰੀਆਂ ਚੀਜ਼ਾਂ ਵੇਖ ਕੇ ਫਿਰ ਉਹ ਤੁਹਾਨੂੰ ਸਰਟੀਫਿਕੇਟ ਦਿੰਦਾ ਵੀ ਤੁਸੀਂ ਇੰਨੇ ਬੂਟੇ ਜਿਹੜੇ ਉਹ ਪੈਦਾ ਕਰ ਸਕਦੇ ਜੇ, ਉਸੇ ਅਨੁਸਾਰ ਉਹ ਸਰਟੀਫਿਕੇਟ ਦੇ ਉਸ ਨਰਸਰੀ ਦੇ ਕੋਲ ਹੁੰਦਾ ਆ, ਤੁਸੀਂ ਉਹ ਵੇਖ ਸਕਦੇ ਜੇ ਉਹਦੇ ਐਕਰੀਡੇਸ਼ਨ ਹੋਈ ਆ ਕਿ ਨਹੀਂ ਹੋਈ। ਦੂਸਰੀ ਗੱਲ ਆ ਕਿ ਹੁਣ ਜਿਹੜੇ ਬੂਟੇ ਪੱਤ ਝੜਦੇ ਆ ਇਹਨਾਂ ਦੇ ਬਾਰੇ ਆਪਾਂ ਲੈਣ ਲੱਗਿਆਂ ਕੀ ਖਿਆਲ ਰੱਖਣਾ, ਉਹਦਾ ਖਿਆਲ ਇਹ ਆ ਜੀ ਜਿਹੜੀਆਂ ਜੜ੍ਹਾਂ ਨੇ ਉਹ ਚੰਗੀ ਤਰ੍ਹਾਂ ਹੋਣ, ਜੜ੍ਹਾਂ ਕੱਟੀਆਂ ਨਾ ਹੋਣ, ਅਤੇ ਆੜੂ ਦੇ ਵਿੱਚ ਜਿਹੜਾ ਮੇਨ ਹੁੰਦਾ ਇੱਕ ਨੈਮਾਟੋਡ ਹੁੰਦਾ, ਠੀਕ ਹੈ ਜੀ, ਉਹਦਾ ਕੀ ਹੁੰਦਾ ਜੜ੍ਹਾਂ ਦੇ ਉੱਤੇ ਗੰਢਾਂ ਬੱਜੀਆਂ ਹੁੰਦੀਆਂ ਨੇ, ਉਹਦਾ ਤੁਸੀਂ ਧਿਆਨ ਰੱਖਣਾ ਵੀ ਜੜ੍ਹਾਂ ਦੇ ਉੱਤੇ ਗੰਢਾਂ ਨਾ ਬੱਜੀਆਂ ਹੋਣ। ਅੱਛਾ, ਹਾਂ, ਇਹ ਧਿਆਨ ਰੱਖਣਾ ਵੀ ਜੜ੍ਹਾਂ ਚੰਗੀਆਂ ਹੈਲਦੀ ਜੜ੍ਹਾਂ ਹੋਣ ਬੂਟੇ ਦੇ ਅਨੁਸਾਰ, ਬੂਟੇ
अच्छा डॉक्टर साहब अब तुम बहुत वधिया गल की आ भी बागबानी विकास अफसर की असी सलाह जी ले लीए ये मेरे वर्गा मातड़ आदमी जे पहली बारी उन्हें बाग लाना है ना जिवें तुहाडियां गल्लां असीं सुणदे पए आ कुछ गल्लां सानूं चंगीयां पता लग रहीयां ने है ना कई इहो जिहे बंदे हुंदे आ जिहड़े मातड़ हुंदे आ वी असीं पहली बारी बाग लाउण लगे आ जे असीं तुहाडे कोल आ जाईए तुहानूं आखीए वी साडे नाल चलो साडे नाल मतलब सानूं बूटे खरीद के दवा दिओ इदां वी कोई नाल अपने चले जांदा साडे नहीं वेखो जी जे कोई जिमीदार साडे नाल संपर्क करदा आ ते उहनूं पहलां असीं अपणियां ਉਹ ਹੀ ਫਾਲਿਆ ਸਾਡੇ ਬੜਾ ਵਧੀਆ ਕੰਮ ਆ ਜੀ ਵਿਭਾਗ ਨੇ ਉਸ ਤਰੀਕੇ ਦੇ ਨਾਲ ਹੀ ਜਿਸ ਤਰ੍ਹਾਂ ਲੀਚੀ ਲੱਗਦੀ ਆ ਪਠਾਨਕੋਟ ਤੇ ਜਲੰਧਰ ਸਾਡੀ ਜਿਹੜੀ ਹੈਗੀ ਆ ਨਰਸਰੀ ਸਾਡੀ ਗੁਰਦਾਸਪੁਰ ਆ ਉੱਥੇ ਹੀ ਲੀਚੀ ਅਸੀਂ ਪ੍ਰੋਡਿਊਸ ਕਰਦੇ ਹਾਂ ਪਤਝੜ ਦੇ ਬੂਟਾ ਏਰੀਆ ਲੱਗਦਾ ਵਾ ਜਿਵੇਂ ਸਾਡੇ ਅੰਮ੍ਰਿਤਸਰ ਤਰਨ ਤਾਰਨ ਇੱਥੇ ਤੁਹਾਨੂੰ ਪਤਝੜ ਦੇ ਬੂਟੇ ਮਿਲਣੇ ਆ ਹੁਸ਼ਿਆਰਪੁਰ ਸਾਡੇ ਜਿਵੇਂ ਕਿੰਨੂ ਲੱਗਦਾ ਸਿਟਰਸ ਲੱਗਦਾ ਉੱਥੇ ਤੁਹਾਨੂੰ ਉਹ ਮਿਲਣੇ ਆ ਕਿਉਂਕਿ ਉਹ ਉਸੇ ਏਰੀਏ ਦੇ ਬਾਗਬਾਨੀ ਵਿਕਾਸ ਅਫਸਰ ਹੁੰਦਾ ਤੇ ਉਸੇ ਏਰੀਏ 'ਚ ਹੀ ਉਹ ਨਰਸਰੀ ਹੁੰਦੀ ਆ ਤੇ ਉਹ ਫਿਰ ਨਰਸਰੀ ਵਾਲੇ ਨਾਲ ਸੰਪਰਕ ਕਰਕੇ ਤੇ ਉਹਦਾ ਤਾਲਮੇਲ ਜਿਹੜਾ ਵਾ ਜ਼ਿਮੀਦਾਰ ਦਾ ਬਣਾ ਦਿੰਦਾ ਤੇ ਬੜਾ ਵਧੀਆ ਗਾਈਡ ਕਰਦਾ ਵਾ ਬਸ ਇਹੋ ਹੀ ਚਾਹੀਦਾ ਹੁੰਦਾ ਜੀ ਇਹੋ ਹੀ ਚਾਹੀਦਾ ਉਸ ਤੋਂ ਪਹਿਲਾਂ ਇਹ ਆ ਵੀ ਜਿਵੇਂ ਤੁਸੀਂ ਮਿੱਟੀ ਦੇ ਸੈਂਪਲ ਬਾਗ ਲਾਉਣ ਤੋਂ ਪਹਿਲਾਂ ਕੋਈ ਜਿੱਥੇ ਅਸੀਂ ਬਾਗ ਲਾਉਣਾ ਚਾਹੁੰਦੇ ਉਹ ਅਨੁਕੂਲ ਹੈਗੀ ਜਗ੍ਹਾ ਆਪਣੇ ਬਾਗ ਉਹ ਤੇ ਮਿੱਟੀ ਟੈਸਟ ਤੇ ਕਰਾਈ ਉਹ ਵੀ ਸਾਡੇ ਜਿਹੜੇ ਲੈਬ ਨੇ ਸਾਡੀਆਂ ਜੀ ਸਰਕਾਰੀ ਲੈਬ ਨੇ ਉਹਨਾਂ ਦੇ ਵਿੱਚੋਂ ਤੁਸੀਂ ਸੈਂਪਲ ਦੀ ਆਪਣੀ ਫੀਸ ਭਰ ਕੇ ਤੇ ਜਿਹੜੀ ਮਿੱਟੀ ਜਿਹੜੀ ਉਹ ਟੈਸਟ ਕਰਵਾ ਸਕਦੇ ਜ਼ਰੂਰੀ ਆ ਜ਼ਰੂਰੀ ਆ ਅੱਛਾ ਇੱਕ ਵਾਰੀ ਸੰਪਰਕ ਕਰਨਾ ਹੀ ਜਿਹੜਾ ਵਾ ਉਹ ਇਹ ਸੰਪਰਕ ਕਰ ਲਿਆ ਤੇ ਸਮਝ ਲਓ ਤੁਹਾਡੇ ਬਾਗ ਲੱਗ ਗਿਆ 90% ਹੱਲ ਹੋ ਗਏ ਚਲੋ ਬਹੁਤ ਵਧੀਆ ਅੱਛਾ ਡਾਕਟਰ ਸਾਹਿਬ ਤੁਸੀਂ ਵੀ ਵਿੱਚ ਗੱਲ ਕੀਤੀ ਆ ਸਦਾ ਬਹਾਰ ਜਿਹੜੇ ਫਲਦਾਰ ਬੂਟੇ ਹੁੰਦੇ ਆ ਇਹ ਬਰਸਾਤਾਂ 'ਚ ਅਸੀਂ ਜਿਹੜੇ ਆ ਲਾ ਸਕਦੇ ਹਾਂ ਬਰਸਾਤਾਂ 'ਚ ਜਿਹੜੇ ਫਲਦਾਰ ਬੂਟੇ ਅਸੀਂ ਲਾਏ ਆ ਅਤੇ ਬਰਸਾਤਾਂ 'ਚ ਤਾਂ ਐਸਾ ਮੌਸਮ 'ਚ ਤਾਂ ਬਹੁਤ ਜ਼ਿਆਦਾ ਫਰਕ ਆ ਜਾਂਦਾ ਤਾਪਮਾਨ ਥੱਲੇ ਚਲੇ ਜਾਂਦਾ ਫਿਰ ਇਹ ਠੰਡ ਦੇ ਵਿੱਚ ਅੱਜ ਜਿਹੜੀ ਰੁੱਤ ਚੱਲ ਰਹੀ ਆ ਇਹਦੇ 'ਚ ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਕਿਵੇਂ ਕਰੀ ਇਹ ਦੇਖੋ ਜਿਹੜੇ ਆਪਾਂ ਬਰਸਾਤਾਂ 'ਚ ਜਿਹੜਾ ਬੂਟਾ ਲਗਾ ਤਾ ਉਹਦੀ ਜਿਹੜੀ ਸਾਂਭ ਸੰਭਾਲ ਕਰਨੀ ਆ ਉਹਦੇ ਲਈ ਆ ਵੀ ਮੇਨ ਆਪਾਂ ਕਰਨੀ ਕਿਹਦੇ ਤੋਂ ਆ ਮੇਨ ਕਰਨੀ ਆ ਠੰਡ ਤੋਂ ਅਤੇ ਠੰਡ ਤੋਂ ਕੋਰੇ ਤੋਂ ਕਰਨੀ ਆ ਜੀ ਉਹਦੇ ਲਈ ਅਸੀਂ ਜਿਹੜਾ ਆ ਉਹਨੂੰ ਢੱਕਣਾ ਆ ਬੂਟੇ ਨੂੰ ਅਤੇ ਬੂਟੇ ਨੂੰ ਢੱਕਣਾ ਆ ਅਤੇ ਸਾਰਾ ਵੀ ਨਹੀਂ ਢੱਕ ਦੇਣਾ ਉਹਦੇ ਉੱਤੇ ਆਪਾਂ ਪਰਾਲੀ ਦਾ ਜਾਂ ਆਪਾਂ ਮੋਮ ਜਾਮੇ ਦਾ ਜਿਹੜਾ ਵਾ ਪੋਲਿਸ਼ ਸ਼ੀਟ ਦਾ ਉੱਤੇ 4 ਸੋਟੀਆਂ ਬੰਨ੍ਹ ਕੇ ਪੋਲਿਸ਼ ਸ਼ੀਟ ਲਾ ਸਕਦੇ ਹਾਂ ਅਤੇ ਜਿਹੜਾ ਧੁੱਪ ਵਾਲਾ ਬੰਦਾ ਆ ਤੁਹਾਡਾ ਚੜ੍ਹਦਾ ਬੰਦਾ ਆ ਉਹ ਬੰਦਾ ਤੁਸੀਂ ਜਿਹੜਾ ਨੰਗਾ ਰੱਖਣਾ ਆ ਅਤੇ ਪਹਾੜ ਵਾਲਾ ਬੰਦਾ ਜਿਹੜਾ ਆ ਉਹ ਢੱਕਣਾ ਕਿਉਂਕਿ ਠੰਡ ਜਿਹੜੀ ਆ ਉਹ ਪਹਾੜ ਵਾਲੀ ਹਵਾ ਦੇ ਨਾਲ ਹੀ ਆਉਣੀ ਆ ਅਤੇ ਬੜਾ ਵਧੀਆ ਤੁਹਾਨੂੰ ਜਿਹੜਾ ਜਨਵਰੀ ਟਪਾਉਣ ਜਦੋਂ ਜਨਵਰੀ ਤੁਹਾਡੀ ਲੰਘ ਜਾਂਦੀ ਆ ਸਾਰੀ ਅਤੇ ਫਿਰ ਉਹਦਾ ਜਿਹੜਾ ਆ ਕੋਰੇ ਦਾ ਵੇਖ ਕੇ ਅਤੇ ਉਹਦੇ ਉੱਤੋਂ ਛੱਜਾ ਜਿਹੜਾ ਲਾ ਦਿਉ ਤੁਸੀਂ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਮੌਸਮ ਪੂਰਾ ਤੁਸੀਂ ਹੁਣ ਢੱਕਣ ਦਾ ਹੀ ਆ ਮੌਸਮ ਜੀ 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 ਹਾਂ ਅਤੇ ਫਿਰ ਹਲਕਾ ਜਿਹਾ ਜਿਹੜਾ ਆ ਬੂਟੇ ਨੂੰ ਪਾਣੀ ਦੇ ਕੇ ਵੀ ਜ਼ਰੂਰ ਰੱਖੋ ਇਹ ਨਹੀਂ ਆ ਕਿ ਠੰਡ ਆ ਗਈ ਆ ਅਤੇ ਪਾਣੀ ਨਹੀਂ ਲਾਉਣਾ ਆਪਾਂ ਹਲਕਾ ਜਿਹਾ ਇੱਕ ਅੱਧਾ ਪਾਣੀ ਜਿਹੜਾ ਜ਼ਰੂਰ ਲਾਓ ਵੀ ਉਹ ਜਿਹੜਾ ਬੂਟਾ ਜਿਹੜਾ ਵਾ ਵੀ ਆਪਣੀ ਉਹਦੇ ਅੰਦਰ ਜਿਹੜਾ ਪ੍ਰੋਸੈਸ ਆ ਫੂਡ ਦਾ ਉਹ ਚੱਲਦਾ ਰਹੇ ਹੋਰੇ ਨੂੰ ਮਾਰਦਾ ਤਾਜ਼ਾ ਪਾਣੀ ਜਿਹੜਾ ਅਸੀਂ ਲਾ ਦਿੰਦੇ ਹਾਂ ਮਿੱਠਾ ਸਿੰਘ ਜੀ ਇਹ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਤਾਂ ਬੜੀਆਂ ਮਿੱਠੀਆਂ ਮਿੱਠੀਆਂ ਮਿੱਠੇ ਮਿੱਠੇ ਫਲਾਂ ਦੀਆਂ ਕੀਤੀਆਂ ਹੈ ਹੁਣ ਗੱਲ ਹੈਗੀ ਆ ਡਾਕਟਰ ਸਾਹਿਬ ਅਸੀਂ ਤਾਂ ਸਬਜ਼ੀਆਂ ਵੀ ਬੀਜਦੇ ਹਾਂ ਹਾਂਜੀ ਹਾਂ ਅਤੇ ਜਦੋਂ ਅਸੀਂ ਸਬਜ਼ੀਆਂ ਬੀਜਦੇ ਹਾਂ ਮੌਸਮ ਦਾ ਜਿਹੜਾ ਅਸਰ ਆ ਜਿਹੜੀਆਂ ਅੱਜ ਕੱਲ੍ਹ ਆਪਾਂ ਸਬਜ਼ੀਆਂ ਬੀਜਦੇ ਹਾਂ ਉਹਦੇ ਬਾਰੇ ਵੀ ਸਾਨੂੰ ਥੋੜ੍ਹਾ ਜਿਹਾ ਦੱਸੋ ਵੀ ਉਹ ਕਿੰਨਾ ਕੁ ਅਸਰ ਹੁੰਦਾ ਅਤੇ ਉਹ ਕਿਹੜੀਆਂ ਕਿਹੜੀਆਂ ਸਬਜ਼ੀਆਂ ਜਿਹੜੀਆਂ ਅੱਜ ਕੱਲ੍ਹ ਅਸੀਂ ਬੀਜ ਸਕਦੇ ਹਾਂ ਦੇਖੋ ਜੀ ਜਿਹੜਾ ਗੱਲ ਕੀਤੀ ਬਾਗਬਾਨੀ ਵਿਭਾਗ ਜਿਹੜਾ ਆ ਉਹ ਫਲਾਂ ਨੂੰ ਅਤੇ ਸਬਜ਼ੀਆਂ ਨੂੰ ਅਤੇ ਫੁੱਲਾਂ ਨੂੰ ਜੀ ਇਹ ਤਿੰਨਾਂ ਨੂੰ ਕਵਰ ਕਰਦਾ ਜੀ ਠੀਕ ਹੈ ਜੀ ਇਹਦੇ ਵਿੱਚ ਗੱਲ ਆ ਜਾਂਦੀ ਹੈ ਜੇ ਸਬਜ਼ੀਆਂ ਦੀ ਆ ਜਾਂਦੀ ਆ ਅਤੇ ਹੁਣ ਬੜੀ ਵਧੀਆ ਪਿਛਲੇ ਇੱਕ ਦਹਾਕੇ ਤੋਂ ਜਿਹੜੀ ਆ ਸ਼ੁਰੂ ਹੋਈ ਆ ਪ੍ਰੋਟੈਕਟਡ ਕਲਟੀਵੇਸ਼ਨ ਜੀ ਆਪਾਂ ਕੋਰੇ ਇਹ ਕੋਰੇ ਨੂੰ ਬਚਾਉਣ ਕਰਕੇ ਹੀ ਟੈਂਪਰੇਚਰ ਦਾ ਜਿਹੜੀ ਵੇਰੀਏਸ਼ਨ ਆਈ ਆ ਉਹਨੂੰ ਹੀ ਉਹਨੇ ਹੀ ਇਹਦੀ ਖੋਜ ਕੱਢੀ ਆ ਪ੍ਰੋਟੈਕਟਡ ਕਲਟੀਵੇਸ਼ਨ ਦੀ ਜੇ ਆਪਾਂ ਗੱਲ ਕਰੀਏ ਹੁਣ ਸੁਰੰਗੀ ਖੇਤੀ ਆ ਗਈ ਆ ਇਹਦੇ ਵਿੱਚ ਆਪਾਂ ਲੋਅ ਟਨਲ ਜਿਹੜੀ ਆ ਛੋਟੀ ਆਪਾਂ ਰਿੰਗ ਪਾ ਕੇ ਅਤੇ ਲੋਅ ਟਨਲ ਦੇ ਵਿੱਚ ਜਿੰਨੀਆਂ ਵੀ ਕੁੱਕਰ ਬਿਟਸ ਨੇ ਜੀ ਕੱਦੂ ਜਾਤੀ ਦੀਆਂ ਸਬਜ਼ੀਆਂ ਨੇ ਉਹ ਬਹੁਤ ਵਧੀਆ ਆਪਾਂ ਬੀਜ ਸਕਦੇ ਹਾਂ ਅਤੇ ਉਹ ਜਿਹੜੀਆਂ ਹੁਣ ਆਪਾਂ ਉਹਨਾਂ ਦੀ ਬਿਜਾਈ ਕਰ ਦੇਣੀ ਆ ਉੱਤੋਂ ਅਸੀਂ ਢੱਕ ਦੇਣਾ ਆ ਅਤੇ ਫਰਵਰੀ ਦੇ ਵਿੱਚ ਜਿਹੜੀ ਗੇਤੀ ਸਬਜ਼ੀ ਆ ਉਹ ਸਾਰੀ ਸੁਰੰਗੀ ਖੇਤੀ ਦੇ ਵਿੱਚੋਂ ਹੀ ਆਉਂਦੀ ਸਬਜ਼ੀ ਜਿਹੜੀ ਮਾਰਕੀਟ 'ਚ ਉਹਦਾ ਰੇਟ ਵੀ ਤੁਹਾਨੂੰ ਜਿਹੜਾ ਵਧੀਆ ਮਿਲ ਜੂਗਾ ਦੂਸਰੀ ਗੱਲ ਆਈ ਉਹ ਤੋਂ ਬਾਅਦ ਜਿਹੜਾ ਫਰਵਰੀ ਦੇ ਵਿੱਚ ਜਿਹਨੇ ਹੁਣ ਮਟਰਾਂ ਦੀ ਕਰੋਪ ਲੈ ਲਈ ਆ ਮਟਰਾਂ ਦੀ ਕਰੋਪ ਦੇ ਲੈਣ ਤੋਂ ਬਾਅਦ ਜਿਹੜਾ ਫਰਵਰੀ ਦੇ ਵਿੱਚ ਜਿਹੜੀ ਆ ਤੁਸੀਂ ਟਮਾਟਰਾਂ ਦੀ ਜਿਹੜੀ ਆ ਬੜੀ ਵਧੀਆ ਖੇਤੀ ਕਰ ਸਕਦੇ ਜੀ ਮਿਰਚਾਂ ਦੀ ਤੁਸੀਂ ਪਨੀਰੀ ਟਰਾਂਸਪਲਾਂਟ ਕਰ ਸਕਦੇ ਜੀ ਇਸ ਤਰੀਕੇ ਦੇ ਨਾਲ ਹਰੇਕ ਸਬਜ਼ੀ ਜਿਹੜੀ ਆ ਉਹ ਜਿਵੇਂ ਜਿਹੜੀ ਕੱਦੂ ਜਾਤੀ ਆ ਨਾ ਉਹਦੇ ਲਈ ਆ ਪ੍ਰੋਟੈਕਟਡ ਕਲਟੀਵੇਸ਼ਨ ਦੀ ਲੋੜ ਆ ਜੀ 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 ਉਹਦੇ ਵਿੱਚ ਤੁਸੀਂ ਪੋਲੀ ਹਾਊਸ ਵੀ ਬਣਾ ਸਕਦੇ ਜੀ ਪਰ ਜਿਹੜਾ ਜ਼ਿਆਦਾ ਏਰੀਆ ਰਕਬਾ ਜਿਹੜਾ ਵਾ ਉਹ ਸੁਰੰਗੀ ਖੇਤੀ ਦੇ ਵਿੱਚ ਬੜਾ ਵਧੀਆ ਰਹਿ ਜਾਂਦਾ ਹਾਂ ਡਾਕਟਰ ਸਾਹਿਬ ਮੈਂ ਵੇਖਿਆ ਇੱਕ ਵਾਰੀ ਇੱਧਰ ਤੁਹਾਡੇ ਇਲਾਕੇ ਵੱਲ ਗਿਆ ਸਾਂ
ਕਾਫੀ ਜਿਹੜਾ ਇਲਾਕਾ ਆ ਉਹ ਸਰੰਗੀ ਖੇਤੀ ਵੱਲ ਜਿਹੜਾ ਰੁਝਾਨ ਰੱਖਦਾ ਔਰ ਬੀਜਦੇ ਆ। ਹਾਂ, ਜਲੰਧਰ ਤੋਂ ਤੁਸੀਂ ਅੰਮ੍ਰਿਤਸਰ ਨੂੰ ਟ੍ਰੇਨ ਤੇ ਜਾਓਗੇ ਨਾ ਤੇ ਜੰਡਿਆਲਾ ਏਰੀਆ, ਰਈਆ ਏਰੀਆ, ਇਹ ਸਾਰੇ ਦਾ ਸਾਰਾ ਬਹੁਤ ਜ਼ਿਆਦਾ ਇੱਥੇ ਸਰੰਗੀ ਖੇਤੀ ਹੁੰਦੀ ਆ। ਅੱਛਾ, ਬਿਲਕੁਲ, ਬਹੁਤ ਜ਼ਿਆਦਾ। ਅੱਛਾ ਡਾਕਟਰ ਸਾਹਿਬ, ਦੇਖੋ ਗੱਲ ਇਹ ਆ ਕਿ ਤੁਸੀਂ ਫਲਾਂ ਦੀ ਗੱਲ ਕੀਤੀ ਆ ਵੀ 70-80 ਸਾਲ ਅਸੀਂ ਮੰਨ ਕੇ ਚੱਲਦੇ ਹਾਂ, ਹੈ ਨਾ, ਉਹਦੇ ਤੋਂ ਲੰਬੀ ਉਮਰ ਵੀ ਹੋ ਸਕਦੀ ਹੈ ਉਹਦੀ ਕੇਅਰ ਦੇ ਉੱਤੇ ਆ। ਹਾਂ, ਪਰ ਸਬਜ਼ੀਆਂ ਜਿਹੜੀਆਂ ਆ, ਹੈ ਨਾ, ਉਹ ਬੜੀਆਂ ਨਾਜ਼ੁਕ ਜਿਹੀ ਚੀਜ਼ ਆ। ਇਹ ਦੇਖੋ ਅਸੀਂ ਬੀਜਦੇ ਹਾਂ, ਹੁੰਦੀਆਂ ਤੋੜਦੇ ਹਾਂ, ਮੰਡੀ ਲੈ ਜਾਂਦੇ ਹਾਂ। 3 ਕੁ ਮਹੀਨੇ ਦੀ ਕਰੋਪ ਆ ਇਹ, ਵੱਧ ਤੋਂ ਵੱਧ ਵੱਧ ਤੋਂ ਵੱਧ ਜੀ। ਇਹ ਫਿਰ ਅੱਜ ਕੱਲ੍ਹ ਮੌਸਮ ਦੇ ਅਨੁਸਾਰ ਇਹਨਾਂ ਦੀ ਜਿਹੜੀ ਸਾਂਭ ਸੰਭਾਲ ਜਾਂ ਕਿਹੜੀਆਂ ਚੀਜ਼ਾਂ ਜਿਹਦਾ ਧਿਆਨ ਰੱਖਣ ਦੀ ਸਾਨੂੰ ਲੋੜ ਆ ਤਾਂ ਕਿ ਅਸੀਂ ਅੱਛੀ ਸਬਜ਼ੀ ਪੈਦਾ ਕਰੀਏ, ਅੱਛੀ ਜਿਹੜੀ ਮਾਰਕੀਟ 'ਚ ਵੇਚੀਏ, ਸਾਨੂੰ ਭਾਅ ਵੀ ਅੱਛਾ ਮਿਲੇ। ਦੇਖੋ ਇਹਦੇ ਵਿੱਚ ਵੀ ਆ ਵੀ ਤੁਸੀਂ ਸਿਲੈਕਸ਼ਨ ਕਰਨੀ ਆ, ਬੀਜ ਕਿਹੜਾ ਲੈਣ ਦੇ ਜੇ, ਕਿੱਥੋਂ ਲੈਣ ਦੇ ਜੇ, ਬੀਜ ਚੰਗੀ ਕੰਪਨੀ ਦਾ ਲਓ, ਠੀਕ ਹੈ। ਜੇ ਤੁਸੀਂ ਹਾਈਬ੍ਰਿਡ ਲਾਉਣਾ ਚਾਹੁੰਦੇ ਜੇ ਤਾਂ ਚੰਗੀ ਕੰਪਨੀ ਦਾ ਜਿਹੜਾ ਆ ਉਹ ਹਾਈਬ੍ਰਿਡ ਲਾਓ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਇਹਨੂੰ ਪਨੀਰੀ ਤਿਆਰ ਕਰਾਉਣਾ ਚਾਹੁੰਦੇ ਜੇ ਤੁਸੀਂ ਤੇ ਸਾਡੇ ਸੈਂਟਰ ਆਫ ਐਕਸੀਲੈਂਸ ਕਰਤਾਰਪੁਰ ਹੈ, ਹਾਂ ਹੈਗਾ ਹੈਗਾ, ਉੱਥੇ ਤੁਸੀਂ ਅਗੇਤੀ ਪਨੀਰੀ, ਜ਼ਿਮੀਦਾਰ ਆਪਣਾ ਕੰਮ ਕਰਦਾ ਰਹੇ, ਬੀਜ ਲਿਆ ਕੇ ਸਾਨੂੰ ਦੇ ਦੇ ਤੇ ਅਸੀਂ ਤੁਹਾਨੂੰ ਜਿਹੜੀ ਆ ਪਨੀਰੀ ਤਿਆਰ ਕਰਕੇ ਦੇ ਦਾਂਗੇ। ਇਸ ਤਰ੍ਹਾਂ ਹੀ ਸਾਡੇ ਮੋਗੇ ਆ ਬੀੜ ਚੜੇ ਕੇ ਸੈਂਟਰ, ਇੱਕ ਦੋ ਸੈਂਟਰ ਨੇ, ਤੁਸੀਂ ਜਿਹੜੇ ਕੱਦੂ ਜਾਤੀ ਦੀਆਂ ਇੱਥੋਂ ਪਨੀਰੀਆਂ ਤਿਆਰ ਕਰਵਾ ਸਕਦੇ ਜੇ, ਠੀਕ ਹੈ ਜੀ। ਉੱਥੋਂ ਤਿਆਰ ਕਰਵਾ ਕੇ ਤੇ ਤੁਹਾਡਾ ਜਿਹੜਾ ਕੋਰੇ ਵਾਲਾ ਟਾਈਮ ਹੈ ਉਹ ਵੀ ਲੰਘ ਜਾਣਾ ਵਾ, ਤੁਹਾਡਾ ਜਿਹੜਾ ਸੁਰੰਗੀ ਖੇਤੀ ਕਰਨ ਦਾ ਜਿਹੜਾ ਸਮਾਂ ਸੀ, ਜਿਹੜਾ ਮਤਲਬ ਪ੍ਰੋਟੈਕਟਡ ਕਲਟੀਵੇਸ਼ਨ ਦੇ ਵਿੱਚ ਤੁਸੀਂ ਉਹਦੀਆਂ ਸ਼ੀਟ ਦੇ ਉੱਤੇ ਪੈਸੇ ਖਰਚਣੇ, ਉਹ ਵੀ ਤੁਹਾਡੇ ਬਚ ਗਏ, ਤੇ ਇਸ ਕਰਕੇ ਬੜਾ ਵਧੀਆ ਆ ਕੰਮ ਵੀ। ਤੁਸੀਂ ਸਿਲੈਕਸ਼ਨ ਜਿਹੜੀ ਆ ਉਹ ਚੰਗੀ ਤਰੀਕੇ ਨਾਲ ਕਰੋ, ਇਹ ਨਹੀਂ ਆ ਕਿ ਤੁਸੀਂ ਅੱਜ ਸਬਜ਼ੀ ਲਾਉਣੀ, ਉਹਦੀ ਵਿਉਂਤਬੰਦੀ ਪੂਰੀ ਕਰੋ, ਜਿਹੜਾ ਵੀ ਕੰਮ ਕਰੋ ਸਲਾਹ ਨਾਲ ਕਰੋ, ਸਲਾਹ ਨਾ ਕਰੋ ਤੁਸੀਂ, ਉਹਦੀ ਵਿਉਂਤਬੰਦੀ ਕਰੋ। ਇੱਕ ਨਹੀਂ ਸਲਾਹ ਦਿੰਦਾ, ਦੋ ਦੂਜਾ ਸਲਾਹ ਦਿੰਦਾ, ਬਿਲਕੁਲ। ਕਾਹਲੀ ਨਹੀਂ ਕਰਨੀ ਚਾਹੀਦੀ, ਕਾਹਲੀ ਨਹੀਂ ਕਰਨੀ ਚਾਹੀਦੀ। ਹਾਂਜੀ, ਇਹ ਨਹੀਂ ਗਾ ਵੀ ਮੈਂ ਪਹਿਲੇ ਕਿ ਇਹਨੇ ਆਹ ਕੀਤਾ ਤੇ ਮੈਂ ਵੀ ਉਹੀ ਕਰ ਲਾ, ਗੱਲ ਤੁਹਾਡੀ ਸਹੀ ਵੀ ਕਾਹਲੀ ਅੱਗੇ ਟੋਏ ਹੁੰਦੇ ਆ, ਇਸ ਲਈ ਇਹ ਕੰਮ ਨਹੀਂ ਸਾਨੂੰ ਕਰਨਾ ਚਾਹੀਦਾ। ਅੱਛਾ ਡਾਕਟਰ ਸਾਹਿਬ, ਜਿੱਦਾਂ ਤੁਸੀਂ ਬੀਜ ਦੀ ਗੱਲ ਕੀਤੀ, ਡਾਕਟਰ ਸਾਹਿਬ ਨੇ ਪਨੀਰੀ ਦੀ ਗੱਲ ਕੀਤੀ ਆ, ਚਲੋ ਇਹ ਤਾਂ ਹੋ ਗਿਆ ਵੀ ਤੁਹਾਡੇ ਕੋਲੋਂ ਅਸੀਂ ਜਾ ਕੇ ਲੈ ਲਈਏ, ਅਤੇ ਉਹਦੇ ਲਈ ਬੀਜ ਤੁਸੀਂ ਕਹਿੰਦੇ ਵੀ ਅਸੀਂ ਤਾਂ ਜਾ ਕੇ ਤੁਹਾਨੂੰ ਦੇਣਾ ਆ, ਅਤੇ ਇੱਕ ਜਦੋਂ ਦੇਖੀਦਾ ਮਿੱਠਾ ਸਿੰਘ, ਤੁਹਾਨੂੰ ਯਾਦ ਹੋਣਾ ਆਪਾਂ ਬਾਹਰ ਵੀ ਜਾਈਦਾ ਜਦੋਂ ਕਿਸਾਨਾਂ ਕੋਲ ਵੀ, ਅਤੇ ਕਈ ਕਿਸਾਨ ਕੰਮ ਹੀ ਪਨੀਰੀ ਦਾ ਕਰਦੇ ਆ, ਉਹ ਵੀ ਤੁਹਾਡੀ ਦੇਖ ਰੇਖ 'ਚ ਕਰਦੇ ਆ, ਜਾਂ ਕਿੱਦਾਂ ਉਹ ਆਪਣਾ ਹੀ ਕੰਮ ਚਲਾਏ ਆ ਵੀ ਅਸੀਂ ਉੱਥੋਂ ਵੀ ਲੈ ਸਕਦੇ ਹਾਂ, ਕਿ ਤੁਹਾਡੇ ਸਲਾਹ ਤੋਂ ਬਿਨਾਂ ਅਸੀਂ ਜਾਈਏ ਹੀ ਨਾ ਉਹਨਾਂ ਕੋਲ? ਨਹੀਂ, ਜਿਹੜਾ ਸਬਜ਼ੀ ਦੀਆਂ ਪਨੀਰੀਆਂ ਦਾ ਕੰਮ ਹੈ ਨਾ ਜੀ, ਉਹਦੇ ਵਿੱਚ ਰੀਸੈਂਟਲੀ ਸਾਡੇ ਡਿਪਾਰਟਮੈਂਟ ਨੇ ਲਿਆਂਦਾ ਆ ਵੀ ਐਕਰੀਡੇਸ਼ਨ ਕਰਕੇ ਅਤੇ ਸਬਜ਼ੀਆਂ ਨੂੰ ਵੀ ਕਵਰ ਕਰਨਾ। ਅੱਛਾ ਜੀ, ਇਸ ਤੋਂ ਪਹਿਲਾਂ ਇਹ ਨਹੀਂ ਸੀ ਸਟੈਪ ਹੈਗਾ। ਹੁਣ ਜਿਹੜਾ ਵੀ ਬੰਦਾ ਪਨੀਰੀਆਂ ਕੱਦੂ ਜਾਤੀ ਦੀਆਂ ਤਿਆਰ ਕਰਕੇ ਦਊਗਾ, ਉਹ ਸਾਡੇ ਡਿਪਾਰਟਮੈਂਟ ਦੇ ਨਾਲ ਅਟੈਚ ਹੋ ਕੇ ਉਹਦੀ ਐਕਰੀਡੇਸ਼ਨ ਪ੍ਰੋਪਰ ਹੋਊਗੀ, ਹੋਊਗੀ ਦੀ। ਪਨੀਰੀਆਂ ਦੀ ਲੋੜ ਬਹੁਤ ਜ਼ਿਆਦਾ ਆ ਜੀ, ਠੀਕ ਹੈ ਜੀ। ਇੰਨਾ ਮਤਲਬ ਆਪਾਂ ਏਰੀਆ ਜਿਹੜਾ ਵਾ ਇਕੱਲਾ ਕਰਤਾਰਪੁਰ ਨਹੀਂ ਕਵਰ ਕਰ ਸਕਦਾ, ਇਕੱਲਾ ਬੀੜ ਚੜਿੱਕ ਨਹੀਂ ਕਵਰ ਕਰ ਸਕਦਾ। ਇਸ ਲਈ ਸਾਡੇ ਵਿਭਾਗ ਦੀ ਇਹ ਸਕੀਮ ਹੈਗੀ ਆ ਵੀ ਤੁਸੀਂ ਜੇ ਹਾਈਬ੍ਰਿਡ ਸੀਡ ਤੁਸੀਂ ਲਾ ਕੇ ਖੇਤੀ ਆਪ ਤਿਆਰ ਕਰਕੇ ਕਰਨਾ ਚਾਹੁੰਦੇ ਜੀ, ਜੀ ਤੁਸੀਂ ਆਪ ਹੀ ਤਿਆਰ ਕਰਕੇ ਤੁਸੀਂ ਸਬਜ਼ੀ ਲਾਉਣਾ ਚਾਹੁੰਦੇ, ਅਸੀਂ 1 ਹੈਕਟੇਅਰ ਦੇ ਉੱਤੇ 8,000 ਰੁਪਇਆ ਸਬਸਿਡੀ ਫਾਰਮਰ ਨੂੰ ਦਿੰਦੇ ਹਾਂ, ਕਿਉਂਕਿ ਉਹ ਸੀਡ ਮਹਿੰਗਾ ਆ, ਨਵੀਂ ਤਕਨੀਕ ਵੱਲ ਗਿਆ ਵਾ, ਅਤੇ ਉਹਦੇ ਕਰਕੇ ਸਹਾਇਤਾ ਹੈਗੀ ਆ ਸਾਡੇ ਵਿਭਾਗ ਵੱਲੋਂ। ਉਸ ਤਰੀਕੇ ਦੇ ਨਾਲ ਉਹ ਆਪ ਆਪਣੀ ਪਨੀਰੀ ਤਿਆਰ ਕਰਕੇ ਤੇ ਉਹ ਲਾ ਲੇ ਤੇ ਉਹ ਚੰਗੀ ਗੱਲ। ਮਤਲਬ ਇਹ ਆ ਤੇਜਪਾਲ ਜੀ ਵੀ ਮੰਨ ਲਓ ਤੁਹਾਡਾ ਮਨ ਕਰਦਾ ਵੀ ਮੈਂ ਪਨੀਰੀ ਲਾਣੀ ਸ਼ੁਰੂ ਕਰਾਂ ਤੇ ਵੇਚਾਂ, ਕੋਈ ਹਰਜ ਨਹੀਂ, ਪਰ ਵਿਭਾਗ ਦੇ ਨਾਲ ਤਾਲਮੇਲ ਕਰੋ, ਵਿਭਾਗ ਤੁਹਾਨੂੰ ਇੱਕ ਸਰਟੀਫਿਕੇਟ ਦਊਗਾ ਵੀ ਇਹ ਬੰਦਾ ਵਧੀਆ ਪਨੀਰੀ ਤਿਆਰ ਕਰਦਾ, ਐਕਰੀਡੇਸ਼ਨ ਕਰਾਓ ਉਹਦੀ, ਪ੍ਰੋਪਰ ਕਰਾਓ ਤੁਸੀਂ, ਉਹਦੇ ਨਾਲ ਤੁਹਾਨੂੰ ਵੀ ਫਾਇਦਾ, ਜ਼ਿਮੀਦਾਰਾਂ ਨੂੰ ਵੀ ਫਾਇਦਾ। ਹਾਂ ਹਾਂ ਹਾਂ, ਨਹੀਂ ਦੇਖਿਆ ਵੀ ਚੰਗੇ ਸੋਹਣੇ ਪੈਸੇ ਬਣਦੇ ਕਹਿੰਦੇ ਪਨੀਰੀ ਚੋਂ, ਕਦੋਂ ਬੰਦੇ ਚੰਗੀ ਆ ਜੀ ਪਨੀਰੀ, ਮਿਹਨਤ ਵਾਲਾ ਕੰਮ ਆ, ਮਿਹਨਤ ਅੱਗੇ ਲਕਸ਼ਮੀ ਤੇ ਪੱਖੇ ਅੱਗੇ ਪਾਉਣ, ਪਨੀਰੀ ਲਾਉਣਾ ਫਸਲ ਲਾਉਣ ਨਾਲੋਂ ਜ਼ਿਆਦਾ ਮਿਹਨਤ ਦਾ ਕੰਮ ਆ ਜੀ, ਮਿਹਨਤ ਬਹੁਤ ਹੈ ਜੀ। ਅੱਛਾ ਡਾਕਟਰ ਸਾਹਿਬ, ਤੁਸੀਂ ਵਿੱਚ ਗੱਲ ਕੀਤੀ ਆ ਵੀ ਜਿਹੜੇ ਆ ਪਨੀਰੀ ਲਾਉਣ ਲਈ ਕੰਮ ਸੋ ਲੋਚਦੇ ਆ, ਇਹਨਾਂ ਨੂੰ ਤੁਸੀਂ 8,000 ਰੁਪਇਆ ਦਿੰਦੇ ਆ, ਇਹ ਦੱਸੋ ਵੀ ਜਿਹੜੇ ਸਾਡੇ ਕਿਸਾਨ ਆ, ਫਾਰਮਰ ਵੀਰ ਜਾਂ ਭੈਣਾਂ ਨੇ ਜਾਂ ਅਸੀਂ ਆਮ ਲੋਕ ਜਿਹੜੇ ਸਬਜ਼ੀਆਂ ਦੀ ਕਾਸ਼ਤ ਕਰਦੇ ਹਾਂ, ਇਹ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਲਈ ਤੁਹਾਡਾ ਵਿਭਾਗ, ਬਾਗਬਾਨੀ ਵਿਭਾਗ ਜਿਹੜਾ ਪੰਜਾਬ ਦਾ, ਇਹ ਕੋਈ ਇਮਦਾਦ ਕਰਦਾ? ਜੇ ਆਪਾਂ ਗੱਲ ਕਰੀਏ ਪਹਿਲਾਂ ਫਲਾਂ ਦੀ ਗੱਲ ਕਰਦੇ ਹਾਂ ਜੀ, ਫਲਾਂ ਦੇ ਉੱਤੇ ਸਾਡੇ ਕੋਈ ਵੀ ਤੁਸੀਂ ਫਲ ਲਾਉਣਾ ਚਾਹੁੰਦੇ ਜੇ, ਇਹ ਆ ਵੀ ਆਪਣੇ ਸੰਬੰਧਿਤ ਬਾਗਬਾਨੀ ਵਿਕਾਸ ਅਫਸਰ ਦੇ ਨਾਲ ਜਾਂ ਡਿਪਟੀ ਡਾਇਰੈਕਟਰ ਆਪਣੇ ਜ਼ਿਲ੍ਹੇ ਦੇ ਉਹਨਾਂ ਨਾਲ ਜ਼ਰੂਰ ਸੰਪਰਕ ਕਰੋ, ਠੀਕ ਹੈ ਜੀ। ਮੈਂ ਜੇ ਗੱਲ ਕਰਦਾ ਆਪਣੇ ਅੰਮ੍ਰਿਤਸਰ ਏਰੀਏ ਦੀ, ਤਰਨ ਤਾਰਨ ਏਰੀਏ ਦੀ, ਅਤੇ ਇਹਦੇ ਵਿੱਚ ਨਾਖ, ਆੜੂ ਅਤੇ ਅਲੂਚੇ ਦਾ ਜ਼ਿਆਦਾ ਬਾਗ ਲੱਗਦੇ ਆ ਜੀ। ਨਾਖ ਜਿਹੜੀ ਸਾਡੀ ਮੇਨ ਕਰੋਪ ਆ, ਆੜੂ ਅਤੇ ਅਲੂਚਾ ਜਿਹੜਾ ਆ ਉਹ ਐਜ਼ ਏ ਅਸੀਂ ਫਿਲਰ ਲਾਉਂਦੇ ਹਾਂ। ਅੱਛਾ ਜੀ, ਅਤੇ ਅਸੀਂ ਇੱਕ ਕਰੋਪ ਜਿੱਦਾਂ ਨਾਖ ਦੇ ਉੱਤੇ 19,000 ਰੁਪਇਆ 1 ਹੈਕਟੇਅਰ ਦੇ ਉੱਤੇ ਸਬਸਿਡੀ ਦਿੰਦੇ ਹਾਂ,
ठीक है जी। ਤੇ ਉਹਦੇ ਵਿੱਚ ਅਸੀਂ ਫਾਰਮਰ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਸਬਸਿਡੀ ਦਿੰਦੇ ਹਾਂ। ਪਹਿਲੀ ਕਿਸ਼ਤ ਜਿਹੜੀ ਆ ਉਹ 60% ਆ, ਦੂਜੀ ਜਿਹੜੀ ਕਿਸ਼ਤ ਆ ਉਹ 20% ਆ, ਤੀਸਰੀ ਕਿਸ਼ਤ 20% ਆ ਜੀ। ਤੇ ਜੇ ਆਪਾਂ ਗੱਲ ਕਰੀਏ ਸਬਜ਼ੀਆਂ ਦੀ, ਸਬਜ਼ੀਆਂ ਦੇ ਵਿੱਚ ਤਾਂ ਸਾਡੇ ਵਿਭਾਗ 'ਚ ਜੇ ਤੁਸੀਂ ਆਪਣਾ ਢਾਂਚਾ ਬਣਾਉਣਾ ਚਾਹੁੰਦੇ ਜੇ ਪ੍ਰੋਟੈਕਟਡ ਕਲਟੀਵੇਸ਼ਨ ਦਾ, ਉਹਦੇ ਉੱਤੇ ਵੱਖ ਸਬਸਿਡੀ ਆ। ਅੱਛਾ ਜੀ। ਜੇ ਤੁਸੀਂ ਬੀਜ ਜਿਹੜਾ ਹਾਈਬ੍ਰਿਡ ਲੈ ਕੇ ਬੀਜਦੇ ਜੇ, ਉਹਦੇ ਉੱਤੇ 8,000 ਰੁਪਈਆ ਸਾਡੇ ਪ੍ਰਤੀ ਇੱਕ ਏਕੜ ਦੀ ਸਬਸਿਡੀ ਹੈ ਜੀ। ਠੀਕ ਹੈ। ਉਸ ਤੋਂ ਬਾਅਦ ਗੱਲ ਜੇ ਕਰੀਏ, ਇੱਕ ਨਵੀਂ ਸਕੀਮ ਸਾਡੇ RKY ਦੇ ਅਧੀਨ ਆ ਵੀ ਬੰਦੇ ਨੇ ਸਬਜ਼ੀ ਲਾ ਲਈ ਆਪਣੀ, ਠੀਕ ਹੈ ਜੀ, ਉਹਨੂੰ ਇੱਕਦਮ ਜਿਹੜਾ ਆਪਾਂ ਵੇਚ ਨਹੀਂ ਸਕਦੇ। ਠੀਕ ਹੈ ਜੀ। ਆਪਣਾ ਸਬਜ਼ੀ ਲਾ ਲਈ ਆ, ਉਹਨੂੰ ਇਹ ਨਹੀਂ ਆ ਵੀ ਅੱਜ ਹੀ ਉਹ ਮਾਰਕੀਟ 'ਚ ਲੈ ਜੇ, ਕਿਤੇ ਮੀਂਹ ਆ ਗਿਆ, ਹਨੇਰੀ ਆ ਗਿਆ, ਜਾਂ ਉਹਨੇ ਇਕੱਠੀ ਕਰਕੇ ਵੇਚਣੀ ਆ ਜੀ। ਉਹਦੇ ਵਿੱਚ ਕੀ ਆ ਵੀ ਇੱਕ ਸਾਡੇ ਯੂਨਿਟ ਆ ਉਹ 3 metric tons ਦਾ ਜਿਹੜਾ ਵਾ ਕੋਲਡ ਸਟੋਰ, ਛੋਟਾ ਕੋਲਡ ਸਟੋਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਅੱਛਾ ਜੀ। ਉਹਦੇ ਉੱਤੇ ਅਸੀਂ 50% ਜਿਹੜੀ ਆ ਉਹ ਸਬਸਿਡੀ ਸਾਡਾ ਵਿਭਾਗ ਦਿੰਦਾ ਆ, ਉਹ ਪਿਛਲੇ ਸਾਲ ਹੀ ਲਾਂਚ ਹੋਈ ਆ। ਫਿਰ ਜਿਹੜਾ ਸਬਜ਼ੀਆਂ ਦਾ ਕੰਮ ਕਰਦਾ ਉਹ ਬੈਂਬੂ ਸਟੇਕਿੰਗ ਦਾ, ਜਿਹੜੇ ਵਾਂਸਾਂ ਦੇ ਉੱਤੇ ਚੜਾ ਕੇ ਸਬਜ਼ੀਆਂ ਦੇ, ਉਹਦੇ ਉੱਤੇ ਵੀ ਸਾਡੇ ਵਿਭਾਗ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ ਵੀ ਤੁਸੀਂ ਜਿਹੜੇ ਆ ਬਿੱਲ ਲੈ ਕੇ ਫਾਈਲ ਪੂਰੀ ਕੰਪਲੀਟ ਕਰਕੇ ਆਪਣੇ ਬਾਗਬਾਨੀ ਵਿਕਾਸ ਅਫਸਰ ਨੂੰ ਦੇਣੀ ਹੈ ਅਤੇ ਜ਼ਰੂਰ ਸੰਪਰਕ ਕਰੋ। ਬਹੁਤ ਜ਼ਿਆਦਾ ਲਾਭ ਜਿਹੜੇ ਆ ਉਹ ਜ਼ਿਮੀਂਦਾਰਾਂ ਨੂੰ ਦੇਣ ਲਈ ਆ ਜੀ, ਅਤੇ ਇਹ ਆ ਵੀ ਸੰਪਰਕ ਕਰਨਾ ਤਾਂ ਜ਼ਿਮੀਂਦਾਰ ਦਾ ਵੀ ਫਰਜ਼ ਬਣਦਾ, ਉਹ ਸਾਡੇ ਕੈਂਪ ਵੀ ਲੱਗਦੇ, ਅਸੀਂ ਵੀ ਲੋਕਾਂ ਦੇ ਨਾਲ ਸਾਡੇ ਨਾਲ ਜੁੜੇ ਨੇ। ਗੱਲ ਕੀ ਆ ਮਿੱਠਾ ਸਿੰਘ ਜੀ, ਵੀ ਤੁਸੀਂ ਕੋਈ ਵੀ ਕੰਮ ਕਰਨਾ ਜੀ ਜੀ, ਉਹਨੂੰ ਪਹਿਲਾਂ ਪੂਰੀ ਤਰ੍ਹਾਂ ਸਿੱਖ ਲਓ, ਹੈਂ, ਉਹਦੀ ਟ੍ਰੇਨਿੰਗ ਲੈ ਲਓ, ਫਿਰ ਵਿਭਾਗ ਦੇ ਨਾਲ ਰਲ ਕੇ ਕਰੋਗੇ ਤਾਂ ਜੇ ਤੁਸੀਂ ਇੱਕ ਕਦਮ ਉੱਧਰ ਨੂੰ ਤੁਰਦੇ ਆ ਤੇ 4 ਕਦਮ ਤੁਹਾਨੂੰ ਉਹ ਉਂਗਲ ਫੜ ਕੇ ਲੈ ਜਾਂਦੇ ਆ 100% ਹੀ ਲੈ ਕੇ ਜਾਂਦੇ ਆ। ਸੋ ਇਸ ਕਰਕੇ ਸਾਨੂੰ ਉਹ ਸਾਰਾ ਕੁਛ ਦਾ ਖਿਆਲ ਰੱਖਣਾ ਚਾਹੀਦਾ ਜੀ। ਹਾਂ, ਅੱਛਾ ਡਾਕਟਰ ਸਾਹਿਬ, ਗੱਲ ਇਹ ਆ ਵੀ ਇੱਕ ਤਾਂ ਤੁਸੀਂ ਦੱਸਿਆ ਵੀ ਜਿੱਦਾਂ ਕੋਰਾ ਪੈਂਦਾ ਹੈ, ਇਹ ਹਲਕਾ ਹਲਕਾ ਪਾਣੀ ਲਾ ਦਈਏ, ਸਾਡੇ ਵੇਲਿਆਂ 'ਚ ਤਾਂ ਅਸੀਂ ਧੂਣੀ ਵੀ ਬਾਲਦੇ ਰਹੇ ਹਾਂ, ਹੈ ਨਾ। ਕੋਈ ਹੋਰ ਕੋਈ ਸਾਡੇ ਕੋਲ ਇਹੋ ਜਿਹੀਆਂ ਚੀਜ਼ਾਂ ਹੈ ਵੀ ਜਿਹੜੀਆਂ ਅਸੀਂ ਫਲਦਾਰ ਬੂਟਿਆਂ ਨੂੰ ਕੋਰੇ ਤੋਂ ਜਿਹੜਾ ਉਹ ਬਚਾ ਸਕੀਏ, ਉਹਦਾ ਕੋਈ ਇਲਾਜ ਕੀ ਕਰ ਸਕਦੇ ਹਾਂ? ਦੇਖੋ, ਇਹ ਕੋਰੇ ਤੋਂ ਬਚਣ ਦਾ ਤਾਂ ਇੱਕੋ ਹੀ ਆ ਵੀ ਜਿਹੜੀ ਡਾਇਰੈਕਸ਼ਨ 'ਚੋਂ ਕੋਰਾ ਆਉਂਦਾ ਹਵਾ ਦੇ ਨਾਲ ਹੀ ਕੋਰਾ ਆਉਣਾ ਜੀ ਜੀ, ਉੱਧਰੋਂ ਤੁਸੀਂ ਆਪਣਾ ਕਵਰ ਕਰ ਲਓ। ਅੱਛਾ। ਹਾਂ, ਸਭ ਤੋਂ ਵਧੀਆ ਤਾਂ ਇਹੋ ਹੀ ਆ। ਬਾਕੀ ਇਹ ਆ ਵੀ ਐਡਾ ਵੱਡਾ ਏਰੀਆ ਰਕਬਾ ਆ, ਉਹਦੇ ਵਿੱਚ ਆਪਾਂ ਧੂਣੀ ਲਾ ਕੇ ਤੇ ਉਹਨੂੰ ਬਚਾ ਨਹੀਂ ਸਕਦੇ। ਜੇ 5-6 ਕਿੱਲੇ ਬਾਗ ਆ, ਜੇ ਕਿਸੇ ਦਾ ਜ਼ਿਆਦਾ, ਤੇ ਇਹਨੇ ਕੋਰੇ ਨੇ ਜਿਹੜਾ ਅਸਰ ਆ ਉਹ ਵੀ ਕਰਨਾ ਆ ਜਿਨ੍ਹਾਂ ਦੇ ਸਦਾ ਬਹਾਰ ਪੱਤੇ ਰਹਿੰਦੇ ਆ ਉਹਨਾਂ ਦੇ ਉੱਤੇ, ਜਿਵੇਂ ਕਿ ਅੰਬ ਦੇ ਉੱਤੇ ਇਹਨੇ ਅਸਰ ਕਰਨਾ ਆ, ਅਮਰੂਦ ਦੇ ਜਿਹੜੇ ਆ ਤੁਹਾਡੇ ਉਹ ਪੱਤੇ ਜਿਹੜੇ ਉਹ ਲਾਲ ਹੋ ਜਾਣਗੇ, ਠੀਕ ਹੈ ਜੀ। ਉਹਦੇ ਵਿੱਚ ਜਿਹੜਾ ਪੋਟਾਸ਼ੀਅਮ ਦੀ ਜਿਹੜੀ ਦੂਜਾ ਤੋਰਾ ਹੁੰਦਾ ਉਹਨੂੰ ਰੋਕ ਦਿੰਦਾ ਆ ਕੋਰਾ ਠੰਡ ਕਰਕੇ, ਉਹ ਤਦ ਪੱਤੇ ਜਿਹੜੇ ਲਾਲ ਹੋ ਜਾਂਦੇ, ਪਰ ਮੌਸਮ ਦੇ ਨਾਲ ਫਿਰ ਉਹ ਠੀਕ ਹੋ ਜਾਂਦੇ ਆ ਜੀ ਜੀ। ਹਾਂ, ਇਸ ਕਰਕੇ ਇੱਕੋ ਹੀ ਆ ਵੀ ਤੁਸੀਂ ਇੱਕ ਜਦੋਂ ਵੀ ਤੁਸੀਂ ਬਾਗ ਲਾਉਣਾ ਆ, ਉਹ ਤੋਂ ਬਾਗ ਲਾਉਣ ਤੋਂ ਪਹਿਲਾਂ ਤੁਹਾਨੂੰ ਅਸੀਂ ਇੱਕ ਸਲਾਹ ਦਿੰਦੇ ਹਾਂ ਜ਼ਿਮੀਂਦਾਰ ਨੂੰ ਵੀ ਵਿੰਡ ਬ੍ਰੇਕ ਲਾਓ, ਹਵਾ ਰੋਕੂ ਦਾ ਕੰਮ ਇਹ ਵੀ ਦਿੰਦਾ ਆ ਵੀ ਜਿਹੜਾ ਪਹਾੜ ਵੱਲੋਂ ਜਦੋਂ ਆਪਾਂ ਹਵਾ ਰੋਕੂ ਇੱਧਰ ਨੂੰ ਲਾਉਂਦੇ ਹਾਂ ਤੇ ਉਹ ਹਵਾ ਜਿਹੜੀ ਆ ਉਹ ਨਹੀਂ ਆਉਂਦੀ ਤੇ ਕੋਰੇ ਦਾ ਉਹ ਵੀ ਅਸਰ ਜਿਹੜੀ ਆ ਉਹ ਘਟਾਉਂਦੀ। ਜੀ ਜੀ ਜੀ। ਡਾਕਟਰ ਸਾਹਿਬ, ਜਿਹੜੀ ਗੱਲ ਹੈਗੀ ਇੱਦਾਂ ਵੀ ਹੁਣ ਕਈ ਜ਼ਿਮੀਂਦਾਰ ਹੈਗੇ ਆ ਜਿਨ੍ਹਾਂ ਦੇ ਕੋਲ ਜ਼ਮੀਨ ਉੱਨੀ ਨਹੀਂ ਹੈਗੀ, ਛੋਟੇ ਜ਼ਿਮੀਂਦਾਰ ਆ, ਹਾਂਜੀ, ਹੈ ਨਾ, ਉਹ ਤੁਸੀਂ ਸੋਚਦੇ ਆ ਵੀ ਜਿੱਦਾਂ ਬਾਗ ਲਾ ਲਿਆ ਜਾਂ ਸਬਜ਼ੀਆਂ ਲਾ ਲਈਆਂ ਜਾਂ ਇਹੋ ਜਿਹਾ ਕੋਈ ਸਹਾਇਕ ਧੰਦਾ ਕਰਕੇ ਅਤੇ ਉਹ ਆਪਣਾ ਗੁਜ਼ਾਰਾ ਕਰ ਸਕਦੇ ਆ, ਉਹਨਾਂ ਦੇ ਬਾਰੇ ਵਿਭਾਗ ਦੇ ਕੀ ਵਿਚਾਰ ਆ ਅਤੇ ਵਿਭਾਗ ਉਹਨਾਂ ਦਾ ਕੋਈ ਸਾਥ ਦਿੰਦਾ ਜੀ? ਬਿਲਕੁਲ ਦਿੰਦਾ ਜੀ, ਸਾਥ ਦਿੰਦਾ। ਹਾਂ, ਇਸ ਤਰ੍ਹਾਂ ਆ ਵੀ ਜਿਹੜਾ ਜ਼ਿਆਦਾ ਵੱਡਾ ਜ਼ਿਮੀਂਦਾਰ ਆ ਜਿਹੜਾ ਉਹ ਬਾਗ ਵੱਲ ਆ ਜਾਂਦਾ ਜੀ, ਅਤੇ ਜਿਹੜਾ ਕੁਛ ਜ਼ਿਮੀਂਦਾਰ ਨੇ ਜਿਹੜੇ ਠੇਕੇ 'ਤੇ ਲੈ ਕੇ ਜਾਂ ਆਪਣੀ ਫਸਲ ਲੈ ਕੇ ਜਿਹੜਾ ਵੀ ਉਹ ਸਬਜ਼ੀਆਂ ਦੀ ਫਸਲ ਖੇਤੀ ਕਰ ਲੈਂਦੇ ਆ, ਸਬਜ਼ੀਆਂ 'ਚ ਵੀ ਜਿਹੜਾ ਵੱਡਾ ਜ਼ਿਮੀਂਦਾਰ ਆ ਉਹ ਮਟਰਾਂ ਵੱਲ ਚਲ ਜਾਂਦਾ ਜਾਂ ਆਲੂ ਵੱਲ ਚਲ ਜਾਂਦਾ ਆ, ਛੋਟਾ ਜ਼ਿਮੀਂਦਾਰ ਆ ਜਿਹੜਾ ਉਹ ਫਸਲ ਜਿਹੜੀ ਆ ਦੂਜੀਆਂ ਫਸਲਾਂ ਲਾਉਂਦਾ, ਜਿਵੇਂ ਬ੍ਰਿੰਜਲ ਹੋ ਗਿਆ ਆਪਣਾ, ਬਤਾਊ ਹੋ ਗਏ, ਜਾਂ ਕੱਦੂ ਜਾਤੀ ਦੀਆਂ ਫਸਲਾਂ ਹੋ ਗਈਆਂ। ਦੇਖੋ, ਛੋਟੇ ਜ਼ਿਮੀਂਦਾਰ ਦੇ ਲਈ ਬਹੁਤ ਜ਼ਿਆਦੀਆਂ ਸਕੀਮਾਂ ਨੇ। ਅੱਛਾ ਜੀ। ਛੋਟੇ ਜ਼ਿਮੀਂਦਾਰ ਦੇ ਲਈ ਜੇ ਆਪਾਂ ਸਬਜ਼ੀ ਦੀ ਗੱਲ ਕਰੀਏ, ਜੇ ਉਹ ਵਾਂਸਾਂ ਦੇ ਉੱਤੇ ਸਬਜ਼ੀ ਲਾਉਣਾ ਚਾਹੁੰਦਾ ਆ ਤੇ ਉਹ ਵੀ ਸਾਡੇ ਵਿਭਾਗ ਵਿੱਚ ਜਿਹੜੀ RKY ਅਧੀਨ ਜਿਹੜੀ ਆ ਉਹ ਸਬਸਿਡੀ ਹੈਗੀ ਆ। ਜੇ ਉਸ ਤੋਂ ਇਲਾਵਾ ਜੇ ਉਹ ਕਰਨਾ ਚਾਹੁੰਦਾ ਆ, ਕੋਈ ਸਹਾਇਕ ਧੰਦਾ ਨਾਲ ਕਰਨਾ ਚਾਹੁੰਦਾ ਹੈ, ਇਕੱਲਾ ਆਪਣਾ, ਕਿਉਂਕਿ ਖਰਚੇ ਜਿਹੜੇ ਆ ਉਹ ਦਿਨੋਂ ਦਿਨ ਜਿਹੜੇ ਆ ਉਹ ਵੱਧ ਰਹੇ ਆ, ਉਹਦੇ ਕਰਕੇ ਜਿਵੇਂ ਮੱਖੀ ਪਾਲਣ ਦਾ ਧੰਦਾ ਆ, ਉਹਦੇ ਉੱਤੇ ਸਾਡੇ ਵਿਭਾਗ ਵੱਲੋਂ ਇੱਕ ਡੱਬੇ ਦੇ ਉੱਤੇ ਇੱਕ ਜ਼ਿਮੀਂਦਾਰ ਆ ਜਿਹੜਾ ਵੱਧ ਤੋਂ ਵੱਧ 50 ਡੱਬੇ ਲੈ ਸਕਦਾ ਆ, ਉਹਦੇ ਤੋਂ ਪਹਿਲਾਂ ਤੁਸੀਂ ਟ੍ਰੇਨਿੰਗ ਲਈ ਹੋਵੇ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਤੁਸੀਂ ਟ੍ਰੇਨਿੰਗ ਲਓ, ਤੁਸੀਂ ਸਰਟੀਫਿਕੇਟ ਲੈ ਕੇ ਇੱਕ ਬੰਦਾ ਜਿਹੜਾ ਆ ਉਹ 50 ਡੱਬੇ ਖਰੀਦ ਸਕਦਾ ਹੈ। ਇੱਕ ਡੱਬੇ ਦੇ ਉੱਤੇ ਸਾਡੇ ਵਿਭਾਗ ਵੱਲੋਂ 1600 ਰੁਪਈਆ ਜਿਹੜੀ ਆ ਉਹ ਸਬਸਿਡੀ ਦਿੱਤੀ ਜਾਂਦੀ ਹੈ, ਉਹਦੀ ਜਿਹੜੀ ਕੋਸਟ ਆ ਉਹ 4000 ਰੁਪਈਆ ਵਾ। ਅੱਛਾ। ਮਤਲਬ 40% ਉੱਤੇ ਸਬਸਿਡੀ ਹੋ ਗਈ। ਦੂਸਰਾ ਧੰਦਾ ਆਉਂਦਾ ਵਾ ਖੁੰਬਾਂ ਪਾਲਣ ਦਾ, ਜਿਹੜਾ ਬੜਾ ਹੀ ਵਧੀਆ ਧੰਦਾ ਆ, ਜੇ ਤੁਹਾਡਾ
क्योंकि जिन्हें आप वेजीटेरियन है खुंबा ज्यादा पसंद करते वास्ते साढ़े विभाग वालों जो छोटा जिमीदार आ वो टोटल जिहड़ा वांसां दा स्ट्रक्चर बना के जिहड़ा वा 2 लाख दा खर्चा करे ते उहदे उत्ते साडे विभाग वल्लों 80,000 रुपया सबसिडी दित्ती जांदी है। अच्छा, उहदे विच उहने जिहड़ा वा हाँ एक शर्त आ भी जिहड़ी वधिया चंगे तरीके दे नाल जिहड़ी आ कंपोस्ट बनाई होवे, पैस्चराइज पूरी वधिया कंपोस्ट बना के जिहड़ी आ उह साडे विभाग वल्लों 12-13 यूनिट ने जिन्हां ने साडे विभाग वल्लों सबसिडी लई आ उहनां कोलों खरीद के ते उहदा सानूं बिल दवे ते उहदे उत्ते जिहड़ी आ 80,000 रुपया एक जिमीदार नूं आपां सबसिडी दिंदे आ। ठीक है जी। उस तों बाद जे उह वड्डा काम करना चाहुंदा आ खुंबां दा फिर उहदे उत्ते वी 40% जिहड़ी आ उह सबसिडी आ। सो किसान वीरो ते भैणों हसदे रहो वसदे रहो काम करो मेहनत करो इह थोड़ा जिहा ध्यान रखो धुंद जिवें असीं पहलां गल कीती आ इह पैणी शुरू हो गई आ। अपना कोई से भी वाहन ते जाना ते ध्यान नाल चलाओ अपना ते अपने परिवार दा ध्यान रखो। वेखते रहो DD पंजाबी। हुण सानू इजाजत दिओ डॉक्टर साहब। बहुत बहुत शुक्रिया। जय हिंद जी, जै हिंद जी। जै।